चल पातल हुन ढूंढण चलिए ओए पुलिया होया थामा। चाली वरिया तो सुरजीत पात्र पंजाबी कविता दा सब तो वध स्वीकारिया सराया ते सन्मानिया शायर है। वो वाहत कवि है जिसने कविता नू साहित दे उच्चतम मयारां दे नाल भी जोड़ी रखिया ते लोकां तो दूर भी नहीं जान दिता। पंजाबी कविता विच सुर ते शब्द की कदीमी सांझ नू भी उसने निभाया। इस दे नाल नाल सुरजीत पात्र ने खुली कविता दे खेतर विच भी बहुत मशहूर ते पाए दियां रचनावां सिरजियां। खो गिरता है दिन रात मिया, खो गिरता है दिन रात मिया, टिंडा अंधकार चों बूर दिया, टिंडा चों किरे प्रभात मिया, सुरजीत पात्र का जन्म जिला जलंधर के पिंड पत्तड़ कलां विच माघी 1945 नूं पिता श्री हरभजन सिंह ते माता गुरबख्श कौर दे घर होया। सुरजीत पात्र ने मुढ़ली सिक्ख्या पिंड दे प्राइमरी स्कूल तो पास करके एमए पंजाबी यूनिवर्सिटी पटियाला तो पास कीती। सुरजीत पात्र 1966-67 विच पंजाबी यूनिवर्सिटी का अत शर्मीला संजीदा ते साउजिया विद्यार्थी सी। ओ नीविया नजरां नाल मलक मलक पैर पुटदा इंज जापदा जिवें अपने आप नाल कोई सुख दुख कर रहा होवे, संवाद रचा रहा होवे। उन्हीं दिनी ही पात्र ने पीले पत्तियां ते पब धर के हल्के हल्के ते कोई डालियां चो लंघिया वर्गियां गजलां रचियां। कोई डालियां चो लंघिया हवा बन के देसी रह गए बिरख वाली हा बन के, कोई डालियां चो लंघिया पैड़ा तेरियां ते दूर दूर तीक मेरे पत्ते, पैड़ा तेरियां ते दूर दूर तीक मेरे पत्ते, डिगे मेरियां बहारां दा गुना बन के तेसी रह गए बिरख वाली हा बन के। सुरजीत पात्र ने छिंदी उम्रे यूनिवर्सिटी दे होस्टल विच रहिंदिया एक नज़म रची सी बुढ़ी जादूगरनी आखदी है। ये नज़म बहुपरती अर्थां वाली नज़म बन के साहित्यक महफलां विच चर्चित हुई। उदों तो हुण तक पात्र दी कोई ना कोई रचना कॉलेजां ते यूनिवर्सिटियां दे मेलियां विच गाई जां पढ़ी जांदी है। ये बड़ी माण वाली गल है कि पंजाब असेंबली विच भी पात्र दे शेर पढ़े गए ने। परमिंदर जीत ते जुगिंदर कैरो नाल सांझी छपी पुस्तक कोलाज किताब नाल पात्र
ਪੰਜਾਬੀ ਨਜ਼ਮ ਦਾ ਇੱਕ ਵਿਲੱਖਣ ਹਸਤਾਖਰ ਬਣ ਕੇ ਸਥਾਪਿਤ ਹੋ ਗਿਆ। 1978 ਵਿੱਚ ਸੁਰਜੀਤ ਪਾਤਰ ਦਾ ਵਿਆਹ ਭੁਪਿੰਦਰ ਕੌਰ ਨਾਲ ਹੋ ਗਿਆ। ਮੈਂ ਅਕਸਰ ਕਹਿੰਦਾ ਹੁੰਦਾ ਕਿ ਇੱਕ ਆਡੀਓ ਕਸੈਟ ਸਾਡੀ ਵਿਚੋਲਣ ਬਣੀ, ਕਿਉਂਕਿ ਭੁਪਿੰਦਰ ਦੀਆਂ ਭੈਣਾਂ ਨੇ ਇੱਕ, ਉਹਨੂੰ ਪਤਾ ਕਿ ਮੈਂ ਕਵੀ ਹਾਂ, ਤਾਂ ਉਹਨਾਂ ਨੇ ਕਿਹਾ ਕਿ ਕਵੀ ਨੂੰ ਅਸੀਂ ਕੀ ਭੇਜ ਸਕਦੇ ਹਾਂ, ਤਾਂ ਉਹਨਾਂ ਨੇ ਇੱਕ ਆਡੀਓ ਕੈਸੇਟ 'ਚ ਭੁਪਿੰਦਰ ਦਾ ਗਾਇਆ ਹੋਇਆ ਸ਼ਬਦ ਮੈਨੂੰ ਭੇਜਿਆ, ਜਿਹੜੀ ਮੈਨੂੰ ਬਹੁਤ ਅੱਛੀ ਆਵਾਜ਼ ਲੱਗੀ, ਯਾਨੀ ਉਸ ਆਵਾਜ਼ ਦਾ ਚਿਹਰਾ ਮੈਨੂੰ ਬਹੁਤ ਅੱਛਾ ਲੱਗਾ। ਪਰ ਫਿਰ ਮੈਂ ਕਿਹਾ ਮੈਂ ਫਿਰ ਵੀ ਦੇਖਣਾ ਚਾਹੁੰਦਾ, ਅਤੇ ਉਸ ਜ਼ਮਾਨੇ 'ਚ ਦੇਖਣ ਦਾ ਕੰਮ ਐਂ ਸੀਗਾ ਕਿ ਅਸੀਂ ਦੋਨੇ ਪਰਿਵਾਰ ਬੱਸ ਸਟੈਂਡ 'ਤੇ ਥੋੜ੍ਹੀ ਦੇਰ ਲਈ ਇਕੱਠੇ ਹੋਏ, ਅਤੇ ਮੈਂ ਸਾਡੇ ਦੂਰੋਂ ਸਤਿ ਸ਼੍ਰੀ ਅਕਾਲ ਹੋਈ, ਤਾਂ ਮੈਨੂੰ ਉਸ ਆਵਾਜ਼ ਦੇ ਚਿਹਰੇ ਵਾਂਗ ਹੀ ਭੁਪਿੰਦਰ ਦਾ ਚਿਹਰਾ ਵੀ ਬਹੁਤ ਅਪਣੱਤ ਭਰਿਆ, ਬਹੁਤ ਸੋਹਣਾ, ਬਹੁਤ ਚੰਗਾ ਲੱਗਾ, ਅਤੇ ਬਸ ਫਿਰ ਉਸ ਤੋਂ ਬਾਅਦ ਸ਼ਹਿਨਾਈ ਭੱਜ ਗਈ। ਜਦੋਂ ਪਹਿਲੇ ਉਹ ਇਹਨੇ ਰਸੋਈ 'ਚ ਗਾਉਣੇ ਗੀਤ, ਰਸੋਈ 'ਚ ਮੈਨੂੰ ਗਾਉਣ ਦੀ ਆਵਾਜ਼ ਆਉਣੀ, ਅਤੇ ਮੈਂ ਇੱਕ ਸ਼ੇਅਰ ਵੀ ਲਿਖਿਆ ਕਿ ਆਉਂਦੀ ਰਹੇ ਰਸੋਈ 'ਚੋਂ ਜੇ ਗਾਉਣ ਦੀ ਆਵਾਜ਼, ਤਾਂ ਸਮਝ ਲੈ ਕਿ ਸੁਰ ਹੈ ਤੇਰੀ ਜ਼ਿੰਦਗੀ ਦਾ ਸਾਜ਼। ਔਰ ਪਰ ਫਿਰ ਇੱਕ ਦਿਨ ਮੈਂ ਇਹਨੂੰ ਇੱਥੇ, ਮੈਂ ਗਵਰਨਮੈਂਟ ਕਾਲਜ ਫੋਰ ਵੂਮਨ 'ਚ ਜਾਣਾ ਸੀ ਲੁਧਿਆਣੇ, ਅਤੇ ਮੈਂ ਇਹਨੂੰ ਵੀ ਨਾਲ ਲੈ ਗਿਆ, ਅਤੇ ਪਹਿਲੀ ਵਾਰੀ ਇਹਨੇ ਸਟੇਜ 'ਤੇ ਫਿਰ ਗੀਤ ਗਾਇਆ, ਔਰ ਹੁਣ ਇਹ ਮੇਰੇ ਕਈ ਗੀਤ ਗਜ਼ਲਾਂ ਬਹੁਤ ਹੀ ਸੋਹਣੀ ਰਸੀਲੀ ਅਤੇ ਬਹੁਤ ਠਰਮੇ ਭਰੀ ਆਵਾਜ਼ 'ਚ ਗਾਉਂਦੀ ਹੈ, ਅਤੇ ਜੇ ਇਹਦਾ ਦਿਲ ਕਰੇ ਤਾਂ ਇਹ ਸੁਣਾ ਦੇਗੀ ਅੱਜ ਵੀ। ਇਹ ਜੋ ਚੰਨ ਦੀ ਚਾਨਣੀ ਹੈ, ਇਹ ਜੋ ਤਾਰਿਆਂ ਦੀ ਲੋ ਹੈ, ਪੜੀਏ ਤਾਂ ਤੇਰਾ ਖਤ ਹੈ, ਸੁਣੀਏ ਤਾਂ ਤੇਰੀ ਹੈ, ਤੂੰ ਜੋ ਉਮਰ ਪਰ ਜਗਾਏ, ਤੇ ਦਰੀ ਕਰੀ ਟਿਕਾਏ, ਤੇਰੇ ਚਿਹਰੇ ਉੱਤੇ ਅੱਜ ਵੀ ਉਹਨਾਂ ਦੀਵਿਆਂ ਦੀ ਲੋ ਹੈ। ਸੁਰਜੀਤ ਪਾਤਰ ਦੀ ਕਵਿਤਾ ਵਿੱਚੋਂ ਸੰਗੀਤਮਈ ਤੇ ਨਾਟਕੀ ਕਵਿਤਾ ਦੀਆਂ ਦੋ ਧਾਰਾਵਾਂ ਦੋ ਵੱਖਰੇ ਦਰਿਆਵਾਂ ਵਾਂਗ ਵਹਿੰਦੀਆਂ ਨੇ। ਮੇਰਾ ਜੋ ਅਨੁਭਵ ਹੈ ਉਹਦੇ ਮੁਤਾਬਕ ਕਵਿਤਾ ਕੋਈ ਯੋਜਨਾ ਬਣਾ ਕੇ ਨਹੀਂ ਲਿਖੀ ਜਾ ਸਕਦੀ। ਅਚਨਚੇਤ ਕਿਸੇ ਘਟਨਾ 'ਚੋਂ, ਕਿਸੇ ਦ੍ਰਿਸ਼ 'ਚੋਂ ਇਹ ਉੱਭਰ ਆਉਂਦੀ ਆ, ਜਦੋਂ ਕਵੀ ਦੇ ਮਨ 'ਚ ਇਹ ਚਿੱਤੇ ਵੀ ਨਹੀਂ ਹੁੰਦਾ ਕਿ ਮੈਂ ਹੁਣ ਕਵਿਤਾ ਲਿਖਣੀ ਆ। ਇਸ ਦਾ ਮਤਲਬ ਇਹ ਵੀ ਨਹੀਂ ਕਿ ਇਹ ਕੋਈ ਇਲਹਾਮ ਹੁੰਦਾ, ਇਹ ਸਭ ਕੁਝ ਕਵੀ ਦੇ ਮਨ ਵਿੱਚੋਂ, ਉਹਦੀ ਰੂਹ 'ਚੋਂ, ਉਹਦੀਆਂ ਯਾਦਾਂ 'ਚੋਂ, ਜ਼ਿੰਦਗੀ ਨਾਲ ਉਹਦੇ ਸੰਘਰਸ਼ 'ਚੋਂ ਪੈਦਾ ਹੁੰਦਾ, ਕਿ ਜੋ ਸਾਡੇ ਅੰਦਰ ਇੱਕ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਯਾਦਾਂ ਦੀ ਬੈਂਕ ਹੈ, ਉਹਦੇ ਅੰਦਰ ਪਤਾ ਨਹੀਂ ਕੀ ਕੁਛ ਜਮ੍ਹਾਂ ਹੁੰਦਾ ਰਹਿੰਦਾ, ਯਾਦਾਂ, ਕਹਾਣੀਆਂ, ਖਬਰਾਂ, ਉਪਦੇਸ਼, ਔਰ ਆਪਣੇ ਬੰਦੇ ਦੀ ਆਤਮਾ ਦਾ ਚਿਤਵਨ, ਉਹਦੀ ਉਦੇੜਵਣ। ਪਰ ਕੋਈ ਪਲ ਆਉਂਦਾ ਕਿ ਉਹ ਇੱਕ ਚੀਜ਼ ਤੁਹਾਡੇ ਇੱਕ ਫਲੈਸ਼ ਵਾਂਗ ਉੱਠਦੀ ਆ, ਔਰ ਤੁਸੀਂ ਕਵਿਤਾ ਲਿਖਣ ਲੱਗ ਪੈਂਦੇ ਹਾਂ। ਭਾਸ਼ਾ ਬਾਰੇ ਪ੍ਰਕਾਸ਼ਿਤ ਹੋਈਆਂ ਪਾਤਰ ਦੀਆਂ ਕਵਿਤਾਵਾਂ ਆਇਆ ਨੰਦ ਕਿਸ਼ੋਰ, ਮਰ ਰਹੀ ਹੈ ਮੇਰੀ ਭਾਸ਼ਾ ਤੇ ਲਫ਼ਜ਼ ਬਹੁਤ ਹਲਕੇ ਹੁੰਦੇ ਨੇ ਸਾਬਿਤ ਕਰ ਦਿੱਤਾ ਕਿ ਉਹ ਸਰੂਦੀ ਕਵਿਤਾ ਦਾ ਹੀ ਨਹੀਂ ਨਾਟਕੀ ਕਵਿਤਾ ਦਾ ਵੀ ਵੱਡਾ ਸ਼ਾਇਰ ਹੈ, ਤੇ ਉਹ ਸਿਰਫ ਕਵੀ ਹੀ ਨਹੀਂ ਗਹਿਰਾ ਚਿੰਤਕ ਵੀ ਹੈ। ਕੁਛ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ
ਦੀ ਮੌਤ ਇਸ ਰਾਤ ਜੇ ਹੋ ਗਈ ਮੇਰਾ ਜੀਣਾ ਮੇਰੇ ਯਾਰ ਕਿੰਜ ਸਹਿਣਗੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ ਕਦੋਂ ਤੀਕ ਇੱਥੇ ਖੜੇ ਰਹਿਣਗੇ ਆਖੋ ਇਹਨਾਂ ਨੂੰ ਉਜੜੇ ਕਰੀ ਜਾਣ ਹੁਣ ਕਦੋਂ ਤੀਕ ਇੱਥੇ ਖੜੇ ਰਹਿਣਗੇ।